जी बेनती करन लगे इस वीडियो को प्लीज शेयर करके ऐसा दानी सज्जना अबीला भैन तक पहुँचा दो, जो कि माता जी का पेसमेकर पवाण के मदद कर दें, क्योंकि PGI ने 8.5 लाख रुपए का खर्चा दसता है। अब 14 तरीक है, 9वां महीना और 8.5 लाख रुपये का PGI ने खर्चा दसता, पर सा है नहीं जी। माता जी तरन तारण हुशियारपुर को बिलोंग करते हैं, अमृतसर तो है ना, और साढ़े को सेवा सहयोग चल रहा, बट हूँ साढ़े को भी 8.5 लाख रुपया नहीं है, तो वो दानी वीर वो भैन जो कोई इस मदद कर सकते हैं, बिल्कुल सेवा पा सकते हैं या स्पॉन्सर कर सकते हैं। PGI के ऑपरेशन होना है, कोई एक्स्ट्रा कॉस्ट नहीं हैगी, तो प्लीज़ बेनती कर रहे हैं इस वीडियो में पहली गल तो जरूर शेयर कर दियो, थोड़ा शेयर किया जाए, तुम्हें व्हाट्सएप पर मिल रहा, इंस्टा पर मिल रहा या फेसबुक पर मिल रहा है, ਇੱਦਾਂ ਦੇ ਵੀਰ ਭੈਣ ਤੱਕ ਜ਼ਰੂਰ ਪਹੁੰਚਾਓ ਜੋ ਕਿ ਸਾਡੇ ਇਸ ਕਾਰਜ ਦੇ ਵਿੱਚ ਮਦਦ ਕਰ ਸਕਣ। ਇਹ ਕੋਈ ਸੋਨਾ ਜਾਂ ਕਿਸੇ ਨੂੰ ਲਗਜ਼ਰੀ ਦੀ ਗੱਲ ਨਹੀਂ ਹੈ, ਇਹ ਸਰਵਾਈਵਲ ਦੀ ਗੱਲ ਆ। ਮਾਤਾ ਜੀ ਦੇ ਇੱਕ ਪੇਸਮੇਕਰ ਪਹਿਲਾਂ ਖੱਬੇ ਪੈ ਚੁੱਕਿਆ, ਹੁਣ ਇਹ ਸੱਜੇ ਪੈ ਚੁੱਕਿਆ। ਪਰਿਵਾਰ ਦੇ ਨਾਲ ਜੋ ਡੋਮੈਸਟਿਕ ਹਾਲਾਤ ਸੀਗੇ ਉਹ ਚੰਗੇ ਨਹੀਂ ਸੀਗੇ, ਪਤਾ ਨਹੀਂ ਨੂੰਹ ਕੁੱਟਮਾਰ ਕਰਦੇ ਸੀ ਜਾਂ ਮੁੰਡਾ ਸਹੀ ਨਹੀਂ ਸੀ, ਰੱਬ ਜਾਣੇ, ਹੈ ਨਾ। ਮਾਤਾ ਜੀ ਨੂੰ ਸੇਵਾ ਸਹਿਯੋਗ ਦੇ ਲਈ ਲੈ ਕੇ ਆਏ ਹਾਂ, ਬਟ ਇਹ ਕੋਸਟ ਕਾਫੀ ਹੈ, ਅਤੇ ਤਾਂ ਸੰਗਤ ਨੂੰ ਬੇਨਤੀ ਕਰ ਰਹੇ ਸਾਨੂੰ ਸੇਵਾ ਦੇ ਵਿੱਚ ਸਹਿਯੋਗ ਚਾਹੀਦਾ। ਮਾਤਾ ਜੀ ਹਾਂਜੀ ਵਾਹਿਗੁਰੂ, ਕੋਈ ਗੱਲ ਨਹੀਂ, ਮਾਤਾ ਜੀ ਗੱਲ ਨਹੀਂ ਕਰ ਪਾਣਗੇ, ਮੈਂ ਗੱਲ ਕਰਨ ਦੀ। ਹਾਂਜੀ ਵਾਹਿਗੁਰੂ, ਪਲੀਜ਼ ਸੰਗਤ ਜੀ ਬੇਨਤੀ ਹੈ, ਪਲੀਜ਼ ਸਾਨੂੰ, ਤੁਹਾਡੇ ਥੱਲੇ ਨੰਬਰ ਵੀ ਚੱਲ ਰਹੇ ਨੇ, ਇਹਨਾਂ ਨੰਬਰ 'ਤੇ ਸਾਨੂੰ ਪਲੀਜ਼ ਫੋਨ ਕੀਤਾ ਜਾਵੇ। ਅੱਜ 14 ਸਤੰਬਰ 2023 ਹੈ ਨਾ, ਅੱਜ ਬੇਨਤੀ ਕਰ ਰਹੇ ਹਾਂ, ਸਾਨੂੰ ਬਹੁਤ ਜ਼ਿਆਦਾ ਲੋੜ ਹੈ ਤੁਹਾਡੇ ਸਹਿਯੋਗ ਦੀ, ਹੈ ਨਾ। ਪਲੀਜ਼ ਵੀਡੀਓ, ਹਾਂਜੀ 18 ਅਗਸਤ ਤੋਂ ਨਿਕਲਿਆ ਹੋਇਆ ਬਾਹਰ, 18 ਅਗਸਤ ਦਾ ਫੇਸ ਮੇਕਰ ਬਾਹਰ ਨਿਕਲਿਆ ਹੋਇਆ, ਇੱਥੋਂ ਪੂਰੀ ਤਾਰ ਨਿਕਲਿਆ, ਸਾਨੂੰ ਤੁਹਾਡੇ ਸਾਥ ਦੀ ਲੋੜ ਹੈ, ਬੇਨਤੀ ਕਰ ਰਹੇ ਹਾਂ, ਸਾਨੂੰ ਪਲੀਜ਼ ਇਸ ਕਾਰਜ ਦੇ ਵਿੱਚ ਸਾਥ ਦਿਓ। ਜਲਦੀ ਤੋਂ ਜਲਦੀ ਮਾਤਾ ਜੀ ਦਾ ਆਪਰੇਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ, ਅੱਜ ਵੀ ਡਾਕਟਰ ਨੇ ਡਾਂਟਿਆ, ਜਿਹੜਾ ਐਸਟੀਮੇਟ ਫਾਰਮ ਬਣਾ ਰਹੇ ਸੀਗੇ, ਤੁਸੀਂ ਐਡਮਿਟ ਕਿਉਂ ਨਹੀਂ ਕਰਾ ਰਹੇ, ਹੁਣ ਕਿਵੇਂ ਦੱਸੀ, ਸਾਡੇ ਕੋਲ ਫੰਡਸ ਨਹੀਂ ਹੈ, ਸਾਡੇ ਕੋਲ ਪੈਸੇ ਨਹੀਂ ਹੈਗੇ ਇੰਨੇ, ਸੋ ਤਾਂ ਹੀ ਵੀਰ ਨੂੰ, ਤਾਂ ਹੀ ਭੈਣਾਂ ਨੂੰ ਕਹਿ ਰਹੇ ਹਾਂ, ਪਲੀਜ਼ ਜਿੰਨਾ ਵੀ ਸਹਿਯੋਗ ਪਾ ਸਕੋ ਉਨਾ ਹੀ ਵਧੀਆ ਹੈ ਨਾ। ਮਨੀਸ਼ ਕੁਛ ਕਹਿਣਾ ਚਾਹੁੰਦੇ ਹੋ? ਹਾਂਜੀ, ਉਹਨਾਂ ਨੇ ਇੱਦਾਂ ਹੀ ਬੋਲਿਆ ਹੈਗਾ ਵੀ ਮਾਤਾ ਜੀ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਫੈਲੀ ਹੋਈ ਹੈਗੀ, ਅਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਐਡਮਿਟ ਕਰਵਾਓ। ਕਹਿੰਦੇ ਤੁਸੀਂ ਡਿਲੇ ਕਿਉਂ ਕਰ ਰਹੇ ਹੈਗੇ? ਅੱਜ ਵੀ ਉਹਨਾਂ ਨੇ ਬਹੁਤ ਗੁੱਸਾ ਕੀਤਾ, ਅਤੇ 8.5 ਲੱਖ ਦਾ ਉਹਨਾਂ ਨੇ ਖਰਚਾ ਦੱਸਿਆ ਹੈਗਾ। ਇਹ ਪੇਸਮੇਕਰ ਦਾ ਖਰਚਾ ਹੈ, ਇਸ ਤੋਂ ਇਲਾਵਾ 80-90 ਹਜ਼ਾਰ ਓਪਰੇਸ਼ਨ ਮਟੀਰੀਅਲ ਦਾ ਖਰਚਾ ਹੋਰ ਆ ਜਾਂਦਾ, ਮਤਲਬ ਕਿ ਅਪਰੋਕਸੀਮੇਟਲੀ 9.5 ਲੱਖ ਤੱਕ ਇਹ ਸੂਈ ਪਹੁੰਚ ਜਾਣੀ ਹੈ। ਇਲੈਕਟ੍ਰੋ ਪੇਸਮੇਕਰ ਹੈ, ਕੋਈ ਡਿਵਾਈਸ ਹੈਗਾ ਇਹ, ਪਹਿਲਾਂ ਵੀ ਇਹਨਾਂ ਦੇ 2 ਵਾਰ ਪੈ ਚੁੱਕਿਆ ਹੈਗਾ, ਉਹ ਕਹਿੰਦੇ ਵੀ ਉਹ ਨਹੀਂ ਪੈਣੇ ਹੈਗੇ, ਪਹਿਲਾਂ ਉਹਨਾਂ ਦੀ ਕੋਸਟ ਕੋਈ 1.5 ਜਾਂ 2 ਲੱਖ 2 ਲੱਖ ਸੀ, ਪਰ ਇਹਦੀ 8.5 ਲੱਖ ਹੈਗੀ ਹੈ। ਹੁਣ ਚਾਹੇ ਤੁਸੀਂ ਉੱਤੇ ਵੀ 1 ਲੱਖ ਰੁਪਇਆ ਜਾਂ 1.5 ਲੱਖ ਹੋਰ ਖਰਚਾ ਵੀ ਆਉਣਾ ਹੈਗਾ ਇਹਨਾਂ ਦੇ ਉੱਤੇ, ਮੈਡੀਸਨ ਦਾ ਹੋ ਗਿਆ ਜਾਂ ਹੋਰ ਓਪਰੇਸ਼ਨ ਦਾ ਖਰਚਾ ਹੋ ਗਿਆ, ਅਤੇ ਹੁਣ ਵੀਰ ਜੀ ਚਾਹੇ ਤੁਸੀਂ ਸਾਨੂੰ ਡਾਇਰੈਕਟਲੀ ਜਾਣਦੇ ਹੋ, ਚਾਹੇ ਤੁਸੀਂ ਸਾਨੂੰ ਇਹ ਵੀਡੀਓ ਸ਼ੇਅਰ ਕੀਤਾ ਹੋਇਆ, ਵੀਰਾ ਭੈਣਾਂ ਦਾ ਸਾਂਝਾ ਕੀਤਾ ਹੋਇਆ ਮਿਲ ਰਿਹਾ, ਪਲੀਜ਼ ਸਾਨੂੰ ਅਪਰੋਚ ਜ਼ਰੂਰ ਕਰੋ, ਸਾਨੂੰ ਫੋਨ ਕਰੋ, ਸਾਨੂੰ ਕੰਟੈਕਟ ਕਰੋ, ਬਹੁਤ ਜ਼ਰੂਰੀ ਸੇਵਾ ਬਾਈ। ਜੇ ਤੁਸੀਂ ਸਹਿਯੋਗ ਡਾਇਰੈਕਟਲੀ ਪੈਸੇ ਪੱਖੋਂ ਨਹੀਂ ਪਾ ਪਾ ਰਹੇ, ਪਲੀਜ਼ ਵੀਡੀਓਜ਼ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਉ, ਬਹੁਤ ਜ਼ਰੂਰੀ ਸੇਵਾ ਹੈ, ਜਿਸ ਦੇ ਨਾਲ ਤੁਸੀਂ ਡਾਇਰੈਕਟਲੀ ਸਹਿਯੋਗ ਕਰ ਸਕਦੇ ਹੋ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ। ਦਰਦ ਵੀ ਕਰਦਾ, ਦਰਦ ਵੀ ਹੁੰਦੀ ਹੈ।